ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦੋਸਤੋ, ਹੁਣ ਮੈਂ ਕਰਨ ਲੱਗੀ ਹਾਂ ਸਫਾਈ ਕਰਦੀ, ਅਤੇ ਅਸੀਂ ਥੋੜ੍ਹਾ ਜਿਹਾ ਨਾ ਲੇਟ ਹੀ ਉੱਠਦੇ ਹੁੰਦੇ ਹਾਂ, ਕਿਉਂਕਿ ਮੇਰਾ ਵੱਡਾ ਮੁੰਡਾ ਦੀਪੂ ਹਰਦੀਪ ਜਿਹੜਾ ਉਹ ਨਾ ਲੇਟ ਆਉਂਦਾ ਕੰਮ ਤੋਂ ਘਰੇ, 3:30-4:30 ਵੱਜ ਹੀ ਜਾਂਦੇ ਉਹਨੂੰ ਘਰੇ ਆਉਂਦੇ ਨੂੰ, ਇਸ ਕਰਕੇ ਵੀ ਥੋੜ੍ਹਾ ਲੇਟ ਹੋ ਜਾਂਦਾ ਕੰਮ ਉੱਠਣ ਨੂੰ ਸਾਨੂੰ, ਅਤੇ ਉਸ ਹਿਸਾਬ ਨਾਲ ਫਿਰ ਮੈਂ ਘਰ ਦੇ ਕੰਮ ਕਰਦੀ ਹਾਂ, ਲੇਟ ਹੀ ਹੋ ਜਾਂਦੀ ਹਾਂ। ਅਤੇ ਹਾਲੇ ਸਾਰਾ ਮੇਰਾ ਸਫਾਈ ਦਾ ਕੰਮ ਪਿਆ, ਰੋਟੀ ਬਣਾ ਕੇ ਦੀਪੂ ਦਾ ਡੈਡੀ ਅਤੇ ਮੇਰਾ ਛੋਟਾ ਮੁੰਡਾ ਉਹ ਗਏ ਆ ਕੰਮ 'ਤੇ, ਅਤੇ ਹੁਣ ਆਹ ਨਾ ਮੈਂ ਸੈਲਫ 'ਤੇ ਰਸੋਈ ਵਾਲੀ 'ਤੇ ਉਹ ਲੱਗਿਆ ਪਿਆ ਕਿ ਕਹਿੰਦੇ ਸਨਮੇਕਾ ਜਿਹਾ ਚੱਪਾ ਤਾ, ਸਨਮੇਕਾ ਚੱਪਾਉਣ ਨਾਲ ਇਹਦੇ 'ਤੇ ਨਾ ਗਰੀਸ ਦੀ ਪਤਾ ਨਹੀਂ ਕੀ ਹੁੰਦੀ ਹੈ, ਇਹ ਲੱਗ ਗਈ ਅਤੇ ਇਹ ਲਹਿੰਦੀ ਨਹੀਂ ਹੁਣ, ਅਤੇ ਹੁਣ ਮੈਂ ਨਾ ਥਿੰਨਰ ਪਾ ਕੇ ਇਹਨੂੰ ਲਾਈ ਜਾਂਦੀ ਹਾਂ, ਆਹ ਦੇਖੋ ਤੁਹਾਨੂੰ ਦਿਖਾਉਂਦੀ ਹਾਂ, ਦਸ ਹੁਣ ਰੰਗ ਵਾਲਾ ਥਿੰਨਰ ਹੈ, ਅਤੇ ਇਹਦੇ ਨਾਲ ਮੈਂ ਕਰਾਂ ਵੀ ਕਿਵੇਂ ਸਾਫ, ਆਪਦਾ ਕੰਮ ਵਧਾ ਕੇ ਬੰਦੇ ਉੱਠ ਜਾਂਦੇ ਕੰਮਾਂ 'ਤੇ, ਇਹ ਮੈਨੂੰ ਸਾਫ ਨਹੀਂ ਕਰਨਾ ਆਉਂਦਾ, ਦੇਖਦੀ ਹਾਂ ਹੁੰਦਾ ਕਿ ਨਹੀਂ। ਲਾਇਆ ਤਾਂ ਸੀਗਾ ਵੀ ਜਦੋਂ ਰੋਟੀ ਬਣਾਉਂਦੇ ਹਾਂ ਨਾ ਆਪਾਂ, ਕਈ ਵਾਰੀ ਗੈਸ ਆਪਾਂ ਉਰੇ ਕਰਨਾ ਭੁੱਲ ਜਾਂਦੇ ਹਾਂ, ਅਤੇ ਇਹ ਨਾ ਜਲੇ ਦੇ ਨਿਸ਼ਾਨ ਜਿਹੇ ਬਣ ਜਾਂਦੇ ਆ, ਵੀ ਜਿਵੇਂ ਆਹ ਬਣੇ ਪਏ ਨਾ, ਇਹ ਨਿਸ਼ਾਨ ਜਿਹੇ ਬਣ ਜਾਂਦੇ ਆ ਵੀ ਇਹਦੇ 'ਤੇ ਪੈਰ 'ਤੇ। ਲੈ ਤਾਂ ਜਾਊਗਾ ਪਰ ਮਿਹਨਤ ਬਹੁਤ ਹੈ। ਕੁਛ ਕੁਛ ਤਾਂ ਸਾਫ ਹੋ ਗਿਆ, ਚਿੱਟਾ ਥਿੰਨਰ ਹੋਵੇ ਨਾ ਚਿੱਟਾ, ਉਹਦੇ ਨਾਲ ਛੇਤੀ ਲੈ ਜਾਂਦਾ, ਪਤਾ ਨਹੀਂ ਕੀ ਗੂੰਜ ਜਿਹਾ ਲਾਇਆ ਸਨਮੇਕਾ ਲਾਉਣ ਲੱਗਿਆ ਨੇ। ਕਿੰਨਾ ਭੈੜਾ ਲੱਗਦਾ ਸੀ ਰੰਗ ਵਾਲਾ ਥਿੰਨਰ, ਵੀ ਨੀਲਾ ਜਾਣੇ ਇਹ ਹੌਲੀ ਹੌਲੀ ਪਊਗਾ ਹੁਣ ਸਾਫ, ਬਹੁਤ ਜ਼ਿਆਦਾ ਤਾਂ ਕੱਢਦਾ ਜੇ ਆ ਰਹਿੰਦਾ ਮਾੜਾ ਜਿਹਾ, ਇਹ ਗੂੰਦ ਜਿਹੀ ਆ ਪਤਾ ਨਹੀਂ ਲਹਿੰਦੀ ਨਹੀਂ ਆ, ਵੀ ਐਂ ਨਾ ਚਿਪਕ ਜਗੇ, ਪਤਾ ਨਹੀਂ ਕੀ ਸਲੂਸ਼ਨ ਸਲੂਸ਼ਨ ਕੀ ਕਹਿੰਦੇ ਆ, ਮੈਨੂੰ ਤਾਂ ਪਤਾ ਵੀ ਨਹੀਂ। ਬਹੁਤ ਸੱਤਿਆਨਾਸ਼ ਹੋ ਜਾਂਦਾ ਰਸੋਈ ਦਾ, ਹੋਰ ਕਾਸੇ ਨਾਲ ਚੁੱਕਾਉਣਾ ਚਾਹੀਦਾ ਸਨਮੇਕਾ, ਗੂੰਦ ਜੀ ਤਾਂ ਲਾ ਕੇ ਨਾ ਵਾਧੂ ਦਾ ਕੰਮ ਵਧਾਇਆ ਵਾ, ਵੀ ਜੇ ਲਾ ਲਈ ਤਾਂ ਮੇਰੇ ਨਾਲ ਸਾਫ ਵੀ ਕਰਾ ਦਿਓ, ਕੋਈ ਨਹੀਂ ਕਰਦਾ ਮਾੜੀ ਜੀ ਰਹਿੰਦੀ ਹੈ, ਰਹਿੰਦੀ ਨਹੀਂ ਡਿਜ਼ਾਇਨ ਹੀ ਹੈਗਾ, ਮੈਂ ਤਾਂ ਕਿਤੇ ਇੱਥੇ ਵੀ ਰੰਗ ਲੱਗਾ ਡਿਜ਼ਾਇਨ ਹੀ ਹੈਗਾ, ਰੰਗ ਜਿਹਾ ਤਾਂ ਮਾੜਾ 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 ਰਹਿ ਗਿਆ, ਇਹ ਹਲੇ ਨਾ ਹੌਲੀ ਹੌਲੀ ਜਾਊਗਾ ਹੁਣ, ਹੋ ਗਈ ਨਾ ਸਾਫ, ਕਿੰਨੀ ਭੈੜੀ ਲੱਗੀ ਜਾਂਦੀ ਸੀਗੀ ਰੰਗ ਵਾਲੇ ਥਿੰਨਰ ਨਾਲ ਹੀ ਕਰਤੀ ਸਾਫ, ਇਹਨਾਂ ਘਰੇ ਲਿਆ ਕੇ ਰੱਖਿਆ ਪਿਆ ਸੀ ਕੰਮ ਤੋਂ, ਤੇ ਮੈਨੂੰ ਕਹਿੰਦੇ ਇਸੇ ਨਾਲ ਕਰਦੇ ਸਾਫ ਥਿੰਨਰ ਹੀ ਆ, ਪਰ ਆ ਵੇਖੋ ਆ ਕੱਪੜਿਆਂ ਦਾ ਕਿਵੇਂ ਮੈਂ ਸੱਤਿਆਨਾਸ਼ ਕਰ ਲਿਆ, ਲਾ ਲਾ ਥਿੰਨਰ, ਆਹ ਦੇਖੋ ਆਹ ਨਾ ਸਨਮੇਕਾ ਚੱਪਕਾਤਾ ਇਹਨਾਂ ਨੇ ਦੁਕਾਨ ਤੋਂ ਲਿਆ ਕੇ, ਅਤੇ ਉਹ ਨਾ ਇੱਕ ਦਿਨ ਕੀ ਹੋਇਆ ਮੈਂ ਘਰੇ ਹੈ ਨਹੀਂ ਸੀ, ਅਤੇ ਇਹਨਾਂ ਨੇ ਰੋਟੀ ਪਾਣੀ ਬਣਾਉਣ ਲੱਗੇ ਹੋਣੇ ਮਾੜਾ ਮੋਟਾ ਕੁਛ ਚਾਹ ਪਾਣੀ, ਉਹਦੇ ਨਾਲ ਕੀ ਸਨਮੇਕੇ ਨੂੰ ਅੱਗ ਪੈ ਗਈ, ਮੈਂ ਸਨਮੇਕਾ ਪੱਟਤਾ, ਅਤੇ ਆਹ ਇਹ ਨਾ ਜਿਹੜਾ ਆਹ ਲਹਿੰਦਾ ਹੀ ਨਹੀਂ ਹੁਣ, ਇਹ ਨਾ ਮੈਂ
ਥਿਨਰ ਨਾਲ ਆਈ ਜਾਣੀ ਆ ਅਤੇ ਜਿਹੜਾ ਥਿਨਰ ਹੈ ਨਾ ਉਹ ਰੰਗ ਵਾਲਾ। ਹੁਣ ਦੇਖਦੇ ਹਾਂ ਇਹ ਕਿੰਨਾ ਕੁ ਸਾਫ਼ ਹੁੰਦਾ। ਇਹ ਦੁਕਾਨ ਤੋਂ ਲਿਆ ਕੇ ਰੱਖਿਆ ਪਿਆ ਸੀ ਘਰੇ ਰੰਗ ਵਾਲਾ ਥਿਨਰ, ਹੋਣ ਕਰਕੇ ਥੋੜ੍ਹਾ ਜਿਹਾ ਮੈਨੂੰ ਐਂ ਲੱਗੀ ਜਾਂਦਾ ਵੀ ਸਾਫ਼ ਹੋ ਜਾਊਗਾ ਕਿ ਨਹੀਂ। ਇਹ ਨਾ ਹੋਵੇ ਅੱਗੇ ਨੂੰ ਵੀ ਖਰਾਬ ਕਰਕੇ ਬਹਿ ਜਾਣ। ਉਹ ਹੈ ਤਾਂ ਥਿਨਰ ਹੀ ਲਈ ਜਾਂਦਾ ਵੀ ਥੋੜ੍ਹਾ ਥੋੜ੍ਹਾ। ਇਹ 10 ਸਨਮੇਕਾ ਚਪਕਾਇਆ, ਥੋੜ੍ਹਾ ਜਿਹਾ ਉੱਚਾ ਕਰਕੇ ਚਪਕਾਉਣਾ ਸੀ, ਨੀਵਾਂ ਚਪਕਾਤਾ ਤਾਂ ਉਹਨੂੰ ਅੱਗ ਪੈ ਗਈ।